ਜਨਵਰੀ ਦਾ 15 ਤੱਕ ਰਿਮਾਂਡ ਹੈ ਔਰ ਜੋ ਤਲਵਿੰਦਰ ਜੀ ਦਾ ਉਹਨੂੰ ਜੁਡੀਸ਼ਲ ਕੀਤਾ ਗਿਆ ਤਾਂ ਪ੍ਰਾਣਾ ਲਾਫੁਲ ਐਕਟੀਵਿਟੀ 25-56 120 IPCC ਆਲਰੇਡੀ ਜਿਹੜੇ ਸਾਰੇ ਮੈਟਰ ਸੀਗੇ ਜਿਹੜੇ ਹਿੰਦੂ ਕਮੈਂਡਰ ਹੋਏ ਸੀਗੇ RSS ਅਤੇ ਸ਼ਿਵ ਸੈਨਾ ਵਾਲੇ ਉਹ ਟ੍ਰੇਸ ਹੋਏ ਸਾਰੇ ਮੇਰਾ ਨਾਮ ਜਗਦੀਪ ਸਿੰਘ ਹੈ ਜਗਦੀਪ ਸਿੰਘ ਜੀ ਮੇਰਾ ਬ੍ਰਦਰ ਇਨ ਲਾ ਹੈ ਕੌਣ ਜਿੰਮੀ ਅੱਛਾ ਜਿੰਮੀ ਆਪਕੇ ਬ੍ਰਦਰ ਮੇਰਾ ਬ੍ਰਦਰ ਇਨ ਲਾ ਹੈ ਅੱਛਾ ਤੋ ਕਿਸ ਕੇਸ ਮੇ ਪਕੜਾ ਹੁਆ ਹੈ ਇਨਕੋ ਸਾਨੂੰ ਤਾਂ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਕਿ ਕੀ ਕੇਸ ਪਾਉਂਦੇ ਕਦੇ ਕੋਈ ਕੇਸ ਪਾਉਂਦੇ ਇਹ 8 ਸਾਲ ਤੋਂ ਬਾਹਰ ਆ ਇਹ 8 ਸਾਲ ਤੋਂ ਬਾਅਦ ਹੁਣ 9 ਸਾਲ ਤੋਂ ਬਾਅਦ ਆ ਰਿਹਾ ਇੰਡੀਆ ਅਤੇ ਇਹਨੂੰ ਇੰਦਰਾ ਗਾਂਧੀ ਹਵਾਈ ਅੱਡੇ ਦਿੱਲੀ ਫੜ ਲਿਆ ਕਾਂ ਪੇ ਰਹਤਾ ਜੀ ਇਹ ਚੁੱਕੇ ਆ ਇਹ ਬੇਸਿਕਲੀ ਜੰਮੂ ਦਾ ਅਤੇ ਯੂਕੇ ਪੜ੍ਹਨ ਗਿਆ ਅਤੇ ਨਾਲੇ ਉੱਥੇ ਕੰਮ ਸ਼ੁਰੂ ਕਰਦਾ ਅੱਛਾ ਸ਼ਾਦੀ ਸ਼ੁਦਾ ਨਹੀਂ 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 ਸ਼ਾਦੀ ਕਰ ਇਹਦੇ ਮਾਮੇ ਡੈਥ ਹੋਈ ਅਤੇ 5 ਤਰੀਕ 10ਵਾਂ ਉੱਥੋਂ ਆ ਰਿਹਾ ਇੱਥੇ ਕਾਰਨ ਕੀ ਹੋਊਗਾ ਪੁਲਿਸ ਨੇ ਪਕੜਿਆ ਇਸਕੋ ਕੋਈ ਪਤਾ ਨਹੀਂ ਚੱਲਦਾ ਅੱਜ ਤੱਕ ਵੀ ਕੋਈ ਪਤਾ ਅੱਜ ਤੱਕ ਸਾਨੂੰ ਕੋਈ ਪਤਾ ਨਹੀਂ ਚੱਲਿਆ ਕਿਹੜੇ ਕੇਸ ਕੁਝ ਬਤਾਇਆ ਆਪਕੋ ਅਭੀ ਕੋਈ ਮਿਲਨੇ ਨਹੀਂ ਦੇ ਰਹੇ ਮਿਲਨੇ ਨਹੀਂ ਦੇ ਰਹੇ ਹੁਣ 10 ਮਿੰਟ ਮਿਲਨੇ ਨਹੀਂ ਦਿੱਤਾ ਸਾਨੂੰ ਬੜੂ ਕੀ ਨਾਮ ਮਿੰਦਰ ਸਿੰਘ ਮਿੰਦਰ ਸਿੰਘ ਜੀ ਕਿਸ ਕੋ ਪਕੜਾ ਅੱਜ ਪੁਲਿਸ ਲੈ ਕੇ ਆਈ ਹੈ ਯਹਾਂ ਪੇ ਕੋਰਟ ਮੇ ਮੇਰੇ ਮੁੰਡੇ ਜੀ ਜਿੰਮੀ ਜੀ ਕੀ ਨਾਮ ਹੈ ਇਸਕਾ ਜਿੰਮੀ ਅਜੀਤ ਸਿੰਘ ਮਾਮੇ ਨੂੰ ਪਕੜਾ ਕੋਈ ਪਤਾ ਨਹੀਂ ਕੋਈ ਪਤਾ ਸਾਨੂੰ ਕੋਈ ਪਤਾ ਨਹੀਂ ਕਹਾਂ ਪੇ ਰਹਤਾ ਦਾ ਜਿੰਮੀ ਜੀ ਉਧਰ ਇੰਗਲੈਂਡ ਮੇ ਰਹਤਾ ਦਾ ਯੂਕੇ ਕਬ ਸੇ ਰਹਿ ਰਹਾ ਦਾ ਹੁੰਦੇ ਜੀ 9 ਸਾਲ ਲੱਗਾ ਹੋਇਆ ਅੱਛਾ ਤੋ ਵਾਪਸ ਕਬ ਆਇਆ ਜੀ ਜੇ ਉਧਰ ਸੇ 30 ਕੋ ਬੈਠਾ ਹੋਇਆ ਜਹਾਜ਼ ਪੇ ਤੋ 31 ਕੋ ਇਧਰ ਪਹੁੰਚਿਆ 3 ਵਜੇ ਸਵੇਰ ਤੋ ਕੀ ਲੱਗ ਰਿਹਾ ਪੁਲਿਸ ਨੇ ਕਿਉਂ ਪਕੜਾ ਇਸਕੋ ਮੈਨੂੰ ਕੋਈ ਮਾਲੂਮ ਨਹੀਂ ਕੋਈ ਪਤਾ ਨਹੀਂ ਨਹੀਂ ਤੁਸੀਂ ਬਤਾਇਆ ਪੁਲਿਸ ਨੇ ਕੁਝ ਨਹੀਂ ਬਤਾਇਆ ਨਹੀਂ ਹੁਣ ਕੌਣ ਕੌਣ ਸੇ ਕੇਸ ਪਾਏ ਇਹਨਾਂ ਨੇ ਹਾਂਜੀ ਅਭੀ ਕੌਣ ਕੌਣ ਕੋ ਕੇਸ ਪਾਏ ਸਾਨੂੰ ਪਤਾ ਹੀ ਨਹੀਂ ਕੀ ਗੱਲ ਦਾ ਪਤਾ ਨਹੀਂ ਹਲੇ ਤਾਂ ਵੀ ਪਤਾ ਨਹੀਂ ਸਾਨੂੰ ਕਿਤਨੀ ਏਜ ਕਿਤਨੀ ਹੈ ਜਿੰਮੀ ਦੀ ਇਹ ਏਜ ਹੋਣੀ 28 ਸਾਲ ਦੀ ਤੋ ਯੂਕੇ ਇੰਗਲੈਂਡ ਮੇ ਕੀ ਕਰਨੇ ਗਿਆ ਤਾ ਜੇ ਪੜ੍ਹਨੇ ਕੇ ਲਈ ਗਿਆ ਤਾ ਪੜ੍ਹਤਾ ਤਾ ਹਾਂਜੀ ਕੀ ਕਰ ਰਹੀ ਰੱਬ ਕੋਲ ਵਿਸ਼ਵਾਸ ਹੈ ਜਾਂ ਕੋਰਟ ਪਰ ਅਸੀਂ ਕੀ ਕਰ ਸਕਦੇ ਹਾਂ ਰਣ ਸਿੰਘ ਜੀ ਸਰ ਤੁਸੀਂ ਵੈਸੇ ਇਹਨੂੰ ਵੈਸੇ ਕੀ ਪਤਾ ਲੱਗਾ ਤੁਹਾਨੂੰ ਇਸ ਦੀ ਇਨਫੋਰਮੇਸ਼ਨ ਦੀ ਪਤਾ ਲੱਗਾ ਜੀ ਪਤਾ ਹੋਊਗਾ ਅਖਬਾਰਾਂ ਵਿੱਚੋਂ ਨਹੀਂ ਜੀ ਨਹੀਂ ਹੋਣਗੇ ਜਿਹੜੇ ਤੁਸੀਂ ਜਿੰਮੀ ਕਹਿੰਦੇ ਵੀ 18 ਸਾਲ ਦੇ ਹੀ ਬਾਅਦ ਚਲਿਆ ਗਿਆ ਸੀਗਾ ਜੀ ਸਰ ਹਾਂ ਜਨਾਬ ਵੀ ਉਦੋਂ ਕਿਸ ਦੇਸ਼ ਤੇ ਗਿਆ ਸੀ ਬਾਰੇ ਸਟੱਡੀ ਪਰ ਗਿਆ ਜੀ ਬਹੁਤ ਪੜਦਾ ਚਲਾ ਗਿਆ ਇਥੋਂ ਨੇ ਸਟੱਡੀ ਦਾ 3 ਸਾਲ ਦੀ ਜਾਂ 4 ਸਾਲ ਦੀ 3 ਸਾਲ ਦੀ ਉਹਦੇ ਬਾਅਦ ਮਾੜਾ ਮੋਟਾ ਕੰਮ ਕਰਦਾ ਰਿਹਾ ਸਟੱਡੀ 'ਚ ਵੀ ਕਰਦਾ ਰਿਹਾ ਮਾੜਾ ਮੋਟਾ ਦਿਹਾੜੀ ਦਾ ਪਾਪ ਗਰੀਬੀ ਘਰ ਤੋਂ ਪਤਾ ਹੀ ਨਹੀਂ ਪਹਿਲੇ ਕਦੇ ਆਇਆ ਸੀ ਨਹੀਂ ਆਇਆ ਤੇ ਕਿਉਂ ਨਹੀਂ ਆਇਆ ਇੰਨਾ ਟਾਈਮ ਬਾਅਦ ਕੰਮ ਕਰਦਾ ਰਿਹਾ ਜੀ ਸਹੀ ਕੋਈ ਮਾੜਾ ਮੋਟਾ ਵੀ ਚਲੋ ਇਹਦੀ ਕੋਸ਼ਿਸ਼ ਕਿ ਪੱਕਾ ਹੋ ਜਾਣਾ ਸੀ ਉਸੇ ਪੱਕੇ ਹੋਣੀ ਤਾਂ ਬੜੀ ਪਰੇਸ਼ਾਨੀ ਪੱਕਾ ਹੋ ਗਿਆ ਸੀ ਨਹੀਂ ਉਹ ਮਾਮਾ ਮਰਨੇ ਕਾਰਨ ਇਹਨੇ ਬਰਦਾਸ਼ਤ ਹੀ ਨਹੀਂ ਕਰ ਸਕਿਆ ਕਿ ਮੈਂ ਨਹੀਂ ਰਹਿਣਾ ਉੱਥੇ ਮੇਰਾ ਮਾਮਾ ਮਰ ਗਿਆ ਅਤੇ 1 ਸਾਲ ਡੇਢ ਦੀ ਗੱਲ ਹੀ ਲੇਕਿਨ ਬਰਦਾਸ਼ਤ ਹੀ ਨਹੀਂ ਕਰ ਸਕਿਆ ਜਾਣੀ ਜਾਣਾ